प्रख्यात खिलाड़ी अमर घस के निधन से कबड्डी जगत को आज बहुत बड़ा नुकसान हुआ है। जलंधर के जाकोपुर कला लोहोरिया क्षेत्र में चल रहे कबड्डी टूर्नामेंट के दौरान कल गुरदासपुर गांव घस निवासी कबड्डी खिलाड़ी अमरप्रीत घस की मौत हो गई। अमरप्रीत घस का पार्थिव शरीर जब उनके घर पहुंचा तो परिवार सहित पूरे गांव की आंखें नम थी और हर मन उदास था। पूरे इलाके में शोक की लहर दिखाई दे रही थी। वेखो जी, बड़े रीझा दे नाल बच्चे नूं परिवार ने पालिया हीगा, बड़ी मेहनत की आ, आप भुखे त्याए रह के भी बच्चे नूं मतलब के हर एक चीज़ जिहड़ी आ उन्हूं दिंदे रहे आ। फल फ्रूट कदी इन्हां बच्चे का मुक्कण नहीं दिता भी चलो कदे पिंड दा नाम रोशन होगा, कदे मापिआं दा भी नाम रोशन होगा ते सानूं भी कदे सुख मिलेगा बुढ़ापे दे विच, क्योंकि हर एक माँ बाप नूं जिहड़ा इह आस हुंदी आ। पर इह आसां जिहड़ियां टुटदियां ने, जिवें जिदां हुण कबड्डी खेडण वास्ते इह गए हीगे कि वेखो मन में कोई भी जिहड़ा इहो जिहा चेता, कोई मन में इहो जिहा ख्याल नहीं कि बच्चे नाल इस तरह हो जाए। खेडदिआं खेडदिआं ही उह चिंते बाज जिहड़े पए आ मौत दे, ਜਿਹੜੇ ਇਹਨੂੰ ਲੈ ਕੇ ਚਲ ਗਏ ਆ, ਲੇਕਿਨ ਪਰਿਵਾਰ ਦਾ ਜਿਹੜਾ ਲੱਕ ਤੋੜ ਕੇ ਰੱਖ ਗਏ ਆ, ਕਿਉਂਕਿ ਦੋਨੋਂ ਭੈਣ ਭਰਾ ਸੀ। ਵੱਡੀ ਭੈਣ ਜਿਹੜੀ ਉਹ ਪਹਿਲਾਂ ਯੂਕੇ ਦੇ ਵਿੱਚ ਸੀ, ਇਹਨੇ ਵੀ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ 1.5-2 ਮਹੀਨੇ ਤੱਕ ਜਿਹੜਾ ਇਹਨਾਂ ਵੀ ਬਾਹਰ ਚਲੇ ਜਾਣਾ ਸੀ। ਇਸ ਕਰਕੇ ਜਦੋਂ ਇਹ ਦੁੱਖਦਾਈ ਖਬਰ ਪਿੰਡ ਵਾਲਿਆਂ ਨੇ ਸੁਣੀ ਆ, ਸਾਰਾ ਪਿੰਡ ਰਾਤ ਉੱਥੇ ਮਤਲਬ ਡੇਰੇ 'ਤੇ ਢੁੱਕ ਗਿਆ ਵਾ। ਇਹਨਾਂ ਨੂੰ ਰੋਂਦਿਆਂ ਵੀ ਨਹੀਂ ਵੇਖਿਆ ਗਿਆ, ਸਾਡੇ ਕੋਈ ਉੱਥੇ ਜਿਹੜਾ ਮਤਲਬ ਇੰਨਾ ਖਲੋਤਣ ਗਿਆ, ਮਨ ਜਿਹੜਾ ਉਹ ਭਰ ਆਉਂਦਾ ਸੀ। ਅਤੇ ਘਾਟਾ ਵੇਖੋ ਜੀ, ਪਿੰਡ ਵਾਲਿਆਂ ਨੂੰ ਘਾਟਾ ਵਾ, ਪਰਿਵਾਰ ਨੂੰ ਤਾਂ ਜਿਹੜਾ ਘਾਟਾ ਹੈ ਜੀ ਉਹ ਘਾਟਾ ਪੂਰਾ ਨਹੀਂ ਹੋ ਸਕਦਾ, ਬਾਕੀ ਸਾਰੇ ਪੰਜਾਬ ਨੂੰ ਇੰਡੀਆ ਨੂੰ ਵੀ ਘਾਟਾ ਵਾ ਜਿਹਦੇ ਵਾਸਤੇ ਇਹਨਾਂ ਨੇ ਖੇਡਣਾ, ਕਿਉਂਕਿ ਕਬੱਡੀ ਵੀ ਇੱਕ ਜਿਹੜੀ ਖੇਡ ਵਾ, ਸਾਨੂੰ ਵੀ ਉਹਦੇ 'ਤੇ ਬਹੁਤ ਮਾਣ ਹੁੰਦਾ ਵਾ ਕਿ ਸਾਡਾ ਬੱਚਾ ਜਿਹੜਾ ਖੇਡ ਕੇ ਕਿਤੇ ਦੁਨੀਆ 'ਤੇ ਜਾਂਦਾ। ਹੁਣ ਨਿਊਜ਼ੀਲੈਂਡ ਵੀ ਨਾ ਥੋੜ੍ਹੇ ਸਮੇਂ ਤੱਕ ਉੱਥੇ ਵੀ ਖੇਡਣ ਵਾਸਤੇ ਜਾਣਾ, ਇੰਟਰਨੈਸ਼ਨਲ ਲੈਵਲ 'ਤੇ ਜਾਣਾ ਸੀਗਾ, ਪਰ ਪਰਮਾਤਮਾ ਨੂੰ ਪਤਾ ਨਹੀਂ ਕੀ ਜਿਹੜਾ ਇਹੋ ਚੰਗਾ ਲੱਗਾ, ਕੀ ਮਨਜ਼ੂਰੀ ਜਿਹੜਾ ਕਿ ਇਸ ਤਰ੍ਹਾਂ ਦਾ ਭਾਣਾ ਜਿਹੜਾ ਵਾਪਰ ਗਿਆ। ਬਹੁਤ ਜ਼ਿਆਦਾ ਹੀ ਘਾਟਾ ਪੈ ਗਿਆ ਜੀ ਇਸ ਪਰਿਵਾਰ ਨੂੰ, ਇਸ ਨਗਰ ਨੂੰ ਵੀ ਬਹੁਤ ਘਾਟਾ ਵਾ, ਇਹ ਏਰੀਏ ਨੂੰ ਵੀ ਬਹੁਤ ਘਾਟਾ ਇਹਦਾ ਪਿਆ। ਇਸ ਕਰਕੇ ਇਹ ਪਰਿਵਾਰ ਉਹਨੇ ਗਰੀਬੀ 'ਚ ਪਲਿਆ ਸੀ ਪੁੱਤ, ਅਤੇ ਗਰੀਬੀ 'ਚ ਹੀ ਚਲ ਗਿਆ। ਇਸ ਕਰਕੇ ਇਹਨਾਂ ਨੇ ਮਿਹਨਤ ਬਹੁਤ ਕੀਤੀ ਪਰ ਇਹਨਾਂ ਨੂੰ ਉਹਦਾ ਫਲ ਨਹੀਂ ਮਿਲਿਆ। ਅਤੇ ਬੱਚਾ ਬੜੀ ਰੀਝ ਨਾਲ ਪਲਦਾ, ਸ਼ੇਰ ਜਿੱਡਾ ਬੱਚਾ ਸੀ ਜਵਾਨ, ਇਹ ਸਾਡੇ ਹੱਥੋਂ ਖੁਸ ਗਿਆ। ਸਾਨੂੰ ਅਜੇ ਵੀ ਯਕੀਨ ਨਹੀਂ ਆਉਂਦਾ ਵੀ ਇਹ ਇੱਦਾਂ ਹੋ ਗਿਆ ਹੋਊਗਾ ਅਮਰਪਾਲ। ਅਤੇ ਬਹੁਤ ਜ਼ਿਆਦਾ ਹੀ ਸਾਨੂੰ ਮਾਣ ਸੀ ਜੀ, ਸਾਡੇ ਚਾਚਾ 'ਚ ਸਾਡੇ ਭਰਾ ਹੀ ਲੱਗਦੇ, ਚਾਚੇ ਦਾ ਪੋਤਾ ਲੱਗਦਾ ਜੀ, ਅਤੇ ਸਾਡਾ ਆਪਣਾ ਹੀ ਬੰਦੇ ਖਾਸ ਸੀਗੇ। ਅਤੇ ਪਿੰਡ ਦਾ ਨਾਂ, ਏਰੀਏ ਦਾ ਨਾਂ, ਆਪਣੇ ਇਲਾਕੇ ਦਾ ਨਾਂ ਸਾਰੇ ਦਾ ਜੀ, ਜਿੱਥੇ ਜਾਣਾ ਆਖਣਾ ਅਮਰਪਾਲ ਖੇਡਣ ਡਿਆ ਜੀ, ਅਮਰਪਾਲ ਬਹੁਤ ਚੰਗਾ ਮੁੰਡਾ। ਫਿਰ ਨਸ਼ਿਆਂ ਨਸ਼ਿਆਂ ਤੋਂ ਰਹਿਤ ਸੀ, ਇਹ ਸਾਲ ਕੀ ਹੋਇਆ ਜੀ, ਸਾਲ ਇਹ ਭੈਣ ਹੀ ਇੱਕ ਇਹ ਸੀਗਾ ਜੀ, ਦੋਵੇਂ ਭੈਣ ਭਰਾ ਸੀ ਅਤੇ ਭੈਣ ਯੂਕੇ ਆ, ਅਤੇ ਉਹਨੇ ਇਹਨਾਂ ਦੀ ਫਾਈਲ ਲਾਈ ਆ ਜੀ, ਅਤੇ 1.5 ਮਹੀਨੇ ਤੱਕ ਇਹਨਾਂ ਨੇ ਚਲ ਜਾਣਾ ਸੀਗਾ ਬਾਹਰ। ਅਤੇ ਸਰਕਾਰ ਨੂੰ ਤਾਂ ਅਸੀਂ ਇਹੋ ਬੇਨਤੀ ਕਰਦੇ ਹਾਂ ਵੀ ਇਹੋ ਜਿਹਾ ਖਿਡਾਰੀ ਸਾਨੂੰ ਅਜੇ ਤੱਕ ਮਿਲਣਾ ਨਹੀਂ ਗਾ, ਇੰਨੀ ਘਾਟ ਜਿਹੜੀ ਹੋਈ ਆ, ਅਤੇ ਸਾਨੂੰ ਇਹਨਾਂ ਦੇ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਜ਼ਰੂਰ। ਗਰੀਬੀ ਦਾ ਵਿੱਚ ਪਲਿਆ ਅਤੇ ਗਰੀਬੀ 'ਚ ਹੀ ਚਲ ਗਿਆ।